ਦੀ ਆਪਸ਼ਨ ਨਾਲ ਗੱਲ ਕਰ ਰਹੇ ਹਾਂ। ਸਾਨੂੰ ਕੋਈ ਪੰਪ ਦਿਓ, ਕੋਈ ਪਾਈਪਾਂ ਦਿਓ, ਪਰ ਹਰੇ ਤੱਕ ਕਿਸੇ ਨੇ ਕੋਈ ਪ੍ਰੋਣਾ ਨਹੀਂ ਕੀਤਾ। ਅਖੀਰ 'ਚ ਮੈਂ ਦੇਖ ਜਦੋਂ ਮੈਂ ਕੱਲ੍ਹ ਆਇਆ ਦੇਖਿਆ ਬਹੁਤ ਦੁਖੀ ਸੀ ਲੋਕ। ਸੋ ਮੈਂ ਫਿਰ ਆਪਣੇ ਕੋਲੋਂ ਅੱਜ ਮੋਟਰਾਂ ਅਤੇ ਪੰਪ ਜਿੰਨੇ ਪਿੰਡਾਂ 'ਚ ਗਿਆ ਸਾਰੇ ਤਰਫੋਂ ਅਸੀਂ ਆਪਣੇ ਕੋਲ ਹੀ ਭੇਜ ਰਹੇ ਹਾਂ ਕਿ ਇਸ ਪਾਣੀ ਕੱਢਿਆ ਜਾਏ। ਤਕਰੀਬਨ ਕੱਲ੍ਹ ਤੱਕ 15-20 ਪਿੰਡਾਂ ਵਿੱਚ ਪੰਪ ਅਤੇ ਪਾਈਪਾਂ ਅਤੇ ਪੱਖੇ ਅਸੀਂ ਆਪਣੇ ਪਾਣੀ ਆਪਣੇ ਕੋਲ ਦੇ ਕੇ ਆ ਰਹੇ ਸੀ। ਕੱਲ ਮੈਂ ਪਿੰਡ ਲਾਲ ਬਾਈ ਆਇਆ ਸੀ ਤੇ ਮੈਂ ਕਈ ਪਿੰਡਾਂ 'ਚ ਗਿਆ ਜਿੱਥੇ ਪਾਣੀ ਨਾਲ ਪਿੰਡ ਡੁੱਬ ਗਏ ਆ, ਖੇਤ ਡੁੱਬ ਗਏ ਆ। ਅਤੇ ਸਰਕਾਰ ਲਗਾਤਾਰ ਪਿਛਲੇ 15 ਦਿਨਾਂ 'ਚ ਵਿਚਾਰੇ ਲੋਕ ਕਿਸਾਨ ਸਰਕਾਰ ਦੇ ਅਫਸਰਾਂ ਨਾਲ ਗੱਲ ਕਰ ਰਹੇ ਆ ਕਿ ਸਾਨੂੰ ਕੋਈ ਪੰਪ ਦਿਓ, ਕੋਈ ਪਾਈਪਾਂ ਦਿਓ, ਪਰ ਹਾਲੇ ਤੱਕ ਕਿਸੇ ਨੇ ਕੋਈ ਪ੍ਰਵਾਹ ਨਹੀਂ ਕੀਤੀ। ਅਖੀਰ 'ਚ ਮੈਂ ਦੇਖ ਜਦੋਂ ਮੈਂ ਕੱਲ੍ਹ ਆਇਆ ਦੇਖਿਆ ਬਹੁਤ ਦੁਖੀ ਸੀ ਲੋਕ। ਸੋ ਮੈਂ ਫਿਰ ਆਪਣੇ ਕੋਲੋਂ ਅੱਜ ਮੋਟਰਾਂ ਅਤੇ ਪੰਪ ਜਿੰਨੇ ਪਿੰਡਾਂ 'ਚ ਗਏ ਸਾਰੇ ਤਰਫੋਂ ਅਸੀਂ ਆਪਣੇ ਕੋਲੋਂ ਹੀ ਭੇਜ ਰਹੇ ਹਾਂ ਕਿ ਇਸ ਪਾਣੀ ਕੱਢਿਆ ਜਾਏ। ਤਕਰੀਬਨ ਕੱਲ੍ਹ ਤੱਕ 15-20 ਪਿੰਡਾਂ ਵਿੱਚ ਪੰਪ ਅਤੇ ਪਾਈਪਾਂ ਅਤੇ ਪੱਖੇ ਅਸੀਂ ਆਪਣੀ ਪਾਰਟੀ ਤਰਫੋਂ ਆਪਣੇ ਤਰਫੋਂ ਦੇ ਕੇ ਆ ਅਸੀਂ ਜਿਹੜੀ ਸਮੱਸਿਆ ਮੇਨ ਗੁਰੂ ਘਰ ਦਾ ਪਾਣੀ ਚੱਕਣਾ ਸਭ ਤੋਂ ਪਹਿਲਾਂ ਗੁਰੂ ਘਰ ਡੁੱਬਿਆ ਸ਼ੁਰੂ ਕਰੋ ਇੱਥੇ ਗੁਰੂ ਘਰ। ਅਸੀਂ ਇੱਥੇ ਪਿੰਡ ਲਾਲਵੀ ਤੋਂ ਬੋਲ ਰਹੇ ਹਾਂ। ਸਾਡੇ ਪਿੰਡ ਘੱਟੋ ਘੱਟ 10 ਦਿਨ ਹੋ ਗਏ ਸੀ ਮੀਂਹ ਪਏ ਨੂੰ ਅਤੇ ਪੂਰੇ ਪਿੰਡ 'ਚ ਪਾਣੀ ਮਤਲਬ ਲਗਾਤਾਰ 4 ਦਿਨ ਮੀਂਹ ਪੈਣ ਕਰਕੇ ਪਹਿਲਾਂ 10 ਦਿਨ ਪਹਿਲਾਂ ਪਿਆ, ਹੁਣ ਲਗਾਤਾਰ 4 ਦਿਨ ਮੀਂਹ ਪੈਣ ਕਰਕੇ ਪੂਰਾ ਪਿੰਡ ਬਲੌਕ ਹੋ ਗਿਆ। ਕੋਈ ਵੀ ਰਸਤਾ ਪਿੰਡ ਦਾ ਇਹੋ ਜਿਹਾ ਨਹੀਂ ਜਿਹੜਾ ਚੱਲ ਰਿਹਾ ਹੋਵੇ। ਸਾਰੀਆਂ ਗਲੀਆਂ ਬੰਦ ਹੈ ਅਤੇ ਸਾਰੇ ਖੇਤਾਂ 'ਚ ਪਾਣੀ ਭਰ ਗਿਆ, ਪਰ ਸਾਡੀ ਸਾਰ ਲੈਣ ਕੋਈ ਨਹੀਂ ਆਇਆ। ਅਸੀਂ ਸਰਕਾਰ ਨੂੰ ਡੀਕਦੇ ਰਹੇ ਵੀ ਅੱਜ ਆਉਣਗੇ, ਸਵੇਰੇ ਆਉਣਗੇ, ਪਰਸੋਂ ਉਹਨਾਂ ਦੇ ਬੰਦਿਆਂ ਨੂੰ ਅਸੀਂ ਕਹਿੰਦੇ ਵੀਰੇ ਸਰਕਾਰ ਨੂੰ ਸੱਦੋ, ਪਰ ਉਹਨਾਂ ਨੇ ਆਹਦੇ ਵੀ ਸਾਡੇ ਤਾਂ ਸਾਰੇ ਨਹੀਂ, ਉਹਨਾਂ ਤਾਂ ਉਹ ਨਹੀਂ ਆਉਂਦੇ। ਫਿਰ ਅਸੀਂ ਸੁਖਬੀਰ ਸਿੰਘ ਨੂੰ ਫੋਨ ਕਰਕੇ ਰਿਕੁਐਸਟ ਕਰੀ ਸਾਡਾ ਤੁਸੀਂ ਬਾਂਹ ਫੜੋ ਜੀ, ਕਿਉਂਕਿ ਸਾਡੀ ਕੋਈ ਨਹੀਂ ਸੋ ਰਿਹਾ ਇੱਥੇ ਸਰਕਾਰ ਵਾਲਾ। ਫਿਰ ਉਹਨਾਂ ਨੇ ਸਾਡੀ ਬੇਨਤੀ ਕਬੂਲ ਕਰਕੇ ਕੱਲ੍ਹ ਉਹ ਇੱਥੇ ਪਿੰਡ ਲਾਲਵੀ ਵਿਜਿਟ ਕਰਿਆ ਉਹਨਾਂ ਨੇ। ਉਹਨਾਂ ਨੇ ਸਾਰਾ ਆਪ ਖੁਦ ਪਿੰਡ ਜਾ ਕੇ ਸਰਵੇ ਕਰਕੇ ਸਾਰੇ ਪਿੰਡ ਦਾ, ਫਿਰ ਉਹਨਾਂ ਨੇ ਸਾਥੋਂ ਰਿਕੁਆਇਰਮੈਂਟ ਮੰਗੀ ਵੀ ਕੀ ਸਮਾਨ ਚਾਹੀਦਾ। ਅਸੀਂ ਜੋ ਉਹਨਾਂ ਨੂੰ ਕਿਹਾ ਮੋਟਰਾਂ ਪੰਪ ਪਾਈਪਾਂ, ਉਹਨਾਂ ਨੇ ਸਾਰਾ ਹੀ ਜੋ ਵੀ ਅਸੀਂ ਮੰਗ ਰੱਖੀ ਵੀ ਸਾਡਾ ਪਾਣੀ ਨਿਕਲਣਾ ਚਾਹੀਦਾ, ਕਿ ਕੂਹਾਂ ਦੇ ਪਾਣੀ ਕੱਢੋ, ਦੱਸੋ ਚਾਹੀਦਾ ਕੀ ਆ। ਫਿਰ ਜਿਵੇਂ ਜਿਵੇਂ ਅਸੀਂ ਦੱਸਿਆ ਉਹਨਾਂ ਨੂੰ ਇੰਨੇ ਪੰਪ ਦਿਓ, ਇੰਨੀਆਂ ਮੋਟਰਾਂ ਦਿਓ ਅਤੇ ਇੰਨੀ ਪਾਈਪ ਦਿਓ 3-4 ਹਜ਼ਾਰ ਫੁੱਟ, ਮਤਲਬ ਸਾਰਾ ਜੋ ਅਸੀਂ ਮੰਗਿਆ ਉਹਨਾਂ ਨੇ ਦਿੱਤਾ। ਅਸੀਂ ਉਹਨਾਂ ਦੇ ਤਹਿ ਦਿਲੋਂ ਸਾਰੀ ਲਾਲਵੀ ਦੇ ਲੋਕ ਲੰਬੀ ਹਲਕੇ ਦੇ ਧੰਨਵਾਦੀ ਵਿੱਚ ਜਿਨ੍ਹਾਂ ਨੇ ਸਾਡੀ ਆ ਕੇ ਬਾਂਹ ਤਾਂ ਫੜੀ।